ਬੀਤੇ ਦਿਨੀ ਸਕੂਲੀ ਬੱਚਿਆਂ ਦੀ ਆਪਸ ਵਿੱਚ ਮਾਮੂਲੀ ਜਿਹੀ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਇਸ ਝਗੜੇ ਦੌਰਾਨ ਚਾਹਤਪ੍ਰੀਤ ਨਾਂ ਦੇ ਬੱਚੇ ਨੂੰ ਤੇਜ਼ ਧਾਰ ਹਥਿਆਰਾਂ ਨਾਲ ਕਾਫੀ ਸੱਟਾਂ ਮਾਰੀਆਂ ਗਈਆਂ, ਜਿਸ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ। ਹਸਪਤਾਲ ਵਿੱਚ ਇਲਾਜ ਦੇ ਦੌਰਾਨ ਉਸ ਬੱਚੇ ਦੀ ਮੌਤ ਹੋ ਗਈ ਅਤੇ ਉਸਦੀ ਬਾਡੀ ਦੇ ਪੋਸਟਮਾਰਟਮ ਲਈ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਦੋਸ਼ੀਆਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਉੱਥੇ ਹੀ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕਰ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਉਹਨਾਂ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਗੁਰਦੀਪ ਸਿੰਘ, ਮੇਰਾ ਪਿੰਡ ਕਸ਼ੂਬੇ ਗੁਰੀ। ਇੱਥੇ ਮੁੰਡੇ ਮੁੰਡੇ ਆਪਸ ਚ ਲੜੇ ਨੇ ਜੀ, ਨੰਗੀਆਂ ਪਿਸਤੌਲਾਂ ਚੁੱਕੀ ਫਿਰਦੇ, ਨੰਗੇ ਕਿਰਪਾਨ ਤੇ ਨੰਗੇ ਕਾਪੇ ਸੀਗੇ। ਆਪਸ ਚ ਲੜਦਿਆਂ ਲੜਦਿਆਂ ਉਹਨਾਂ ਨੇ ਮੁੰਡਾ ਵੱਢ ਦਿੱਤਾ ਜੀ। ਗਰੁੱਪ ਦੋ ਆਪਸ ਚ ਲੜਦੇ ਸੀ ਜੀ। ਹਾਂਜੀ ਹਾਂਜੀ, ਸਕੂਲ ਦੇ ਬੱਚੇ ਨੇ, ਛੋਟੇ ਛੋਟੇ ਬੱਚੇ ਨੇ। ਹਾਂਜੀ ਹਾਂਜੀ, ਉਹਨਾਂ ਨੇ ਕਾਪੇ ਮਾਰੇ ਜੀ। ਹਾਂਜੀ ਹਾਂਜੀ ਹਾਂਜੀ, ਹਾਲਾਤ ਫਿਰੋਜ਼ਪੁਰ ਦੇ ਸਭ ਤੋਂ ਮਾੜੇ ਹਾਲਾਤ ਨੇ ਇਦੋਂ ਉੱਤੇ। ਮੇਰੇ ਖਿਆਲ 'ਚ ਵੀ ਪੂਰੀ ਵਰਲਡ ਦੇ ਵਿੱਚ ਏਡਾ ਜ਼ਿਆਦਾ ਮੰਦਾ ਹਾਲ ਨਹੀਂ ਹੋਣਾ ਜਿੱਡਾ ਫਿਰੋਜ਼ਪੁਰ ਦਾ ਮੰਦਾ ਹਾਲ ਹੈ। ਮੁੰਡਾ ਮਰ ਗਿਆ ਜੀ, ਮੁੰਡਾ ਤਾਂ ਮੌਕੇ 'ਤੇ ਹੀ ਮਰ ਗਿਆ। ਹਾਂਜੀ ਹਾਂਜੀ ਹਾਂਜੀ, ਸਹੀ ਗੱਲ ਆ ਜੀ। ਡਰ ਹੀ ਕੋਈ ਨਹੀਂ ਹੈਗਾ ਮੰਡੀਰ ਨੂੰ, ਤਾਂ ਕਿਤੇ ਨਾ ਹੀ ਨਹੀਂ ਹੈਗਾ ਵੀ ਲੈ ਵੀ ਡਰ ਵੀ ਲੈ ਵੀ ਕੋਲ ਉੱਥੇ ਥਾਣੇ ਤੋਂ ਕਿੰਨੀ ਕੁ ਦੂਰ ਹੈ। ਹਾਂਜੀ ਹਾਂਜੀ, ਥਾਣੇ ਤੋਂ ਮੇਰੇ ਖਿਆਲ ਵੀ 100-150 ਮੀਟਰ ਦੂਰੀ ਹੋਣੀ ਹੈ। ਹਾਂਜੀ, ਇਹਨਾਂ ਨੂੰ ਆ ਜਿਹੜੀ ਮੰਡੀਰ, ਇਹਨਾਂ ਚੁੱਕ ਕੇ ਚਾਰਾਂ ਪੰਜਾਂ ਨੂੰ ਇੱਕ ਵਾਰੀ ਨੰਗਿਆ ਕਰ ਕਰਕੇ ਕੁੱਟੇ ਹੋਣ ਚੌਂਕ 'ਚ, ਤੇ ਕਿਵੇਂ ਨਹੀਂ ਡਰ ਪੈਂਦਾ ਪੁਲਿਸ ਦਾ। ਬਸ ਇਹ ਆ ਕੇ ਵੀ ਲੈ ਵੀ ਅਗਲਾ ਦਾ ਆਪਾਂ ਨੂੰ ਕੀ ਏ, ਕੱਲ ਨੂੰ ਕਿਸੇ ਦਾ, ਅੱਜ ਕਿਸੇ ਦਾ ਨਿੱਕਾ ਜਿਹਾ ਜਵਾਕ ਵੱਡਿਆ, ਇਹ ਆਪਣੇ ਵੀ ਵਾਰੀ ਆਉਣੀ ਜੀ। ਸਹੀ ਗੱਲ, ਮੈਨੂੰ ਤਾਂ ਵੇਖ ਕੇ ਯਾਰ ਏਡਾ ਨਿੱਕਾ ਜਿਹਾ ਬੱਚਾ ਹੈ। ਮੇਰਾ ਨਾਮ ਜਸਮੇਲ ਸਿੰਘ ਜੀ। ਇਹ ਬੱਚੇ ਜੀ ਪੜ੍ਹਦੇ ਪਏ ਸਕੂਲ ਦੇ ਵਿੱਚ, ਸਕੂਲ ਗਏ ਹੋਏ ਸੀਗੇ, ਉੱਥੇ ਪੇਪਰ ਚੱਲਦੇ ਪਏ ਸੀ। ਇਹਦੇ ਪੇਪਰਾਂ ਦੇ ਵਿੱਚ ਕੋਈ ਇਹਨਾਂ ਨਾਲ ਮੁੰਡਿਆਂ ਨਾਲ ਆਪਸ ਵਿੱਚ ਕੋਈ ਖਹਿਬਾਜ਼ੀ ਹੋ ਗਈ, ਉਹਨੂੰ ਲੈ ਕੇ ਉਹ ਬਾਅਦ 'ਚ ਇਹਦੇ ਨਾਲ ਲੜ ਪਏ, ਹੱਥੋਂ ਪਾਈ ਹੋ ਗਏ। ਅਤੇ ਉਹਨਾਂ ਨੇ ਹਥਿਆਰ ਹਥਿਊਰ ਸੀਗੇ ਉਹਨਾਂ ਕੋਲ, ਅਤੇ ਉਹਨਾਂ ਨੇ ਇਹਦੇ 'ਤੇ ਹਮਲਾ ਕਰਤਾ ਮੇਰੇ ਭਾਣਜੇ ਦੇ ਉੱਤੇ। ਹਾਂਜੀ ਹਾਂਜੀ, ਉਹਦੇ ਸਿਰ 'ਚ ਸੱਟਾਂ ਸੁੱਟਾਂ ਮਾਰੀਆਂ। ਉਹਦਾ ਨਾਮ ਸੀਗਾ ਚਾਹਤਪ੍ਰੀਤ, ਪਿੰਡ ਫੇਰੂ ਸ਼ਹਿਰ, ਜ਼ਿਲ੍ਹਾ ਫਿਰੋਜ਼ਪੁਰ। ਉਹਦੀ ਉਮਰ ਸੀਗੀ 16 ਸਾਲ, 10ਵੀਂ ਕਲਾਸ ਦੇ ਵਿੱਚ ਪੜ੍ਹਦੇ। ਕਿੰਨੇ ਬੱਚੇ ਨੇ? ਉਹ ਸੀਗੇ 6 ਤੋਂ 7 ਜਣੇ ਸੀਗੇ ਘੱਟੋ ਘੱਟ। ਕਿਹੜੀ ਜਗ੍ਹਾ ਦਾ? ਉਹਦੇ ਸਿਰ ਦੇ ਵਿੱਚ, ਬੈਕ ਸਾਈਡ ਉਹਦੇ ਸੱਟਾਂ ਮਾਰੀਆਂ। ਕੰਮ ਕਾਰਵਾਈ ਦੀ ਅਸੀਂ ਕਹਿੰਦੇ ਜਲਦ ਤੋਂ ਜਲਦ ਕਾਰਵਾਈ ਹੋਣੀ ਚਾਹੀਦੀ ਹੈ। ਬੰਦੇ ਹੋਣੇ ਚਾਹੀਦੇ ਜ਼ਰੂਰੀ, ਜਿੰਨਾ ਵੀ ਹੋ ਸਕੇ ਸਾਡੀ ਮਦਦ ਕੀਤੀ ਜਾਵੇ। ਨਹੀਂ ਅਸੀਂ ਹਜੇ ਤੱਕ ਕੋਈ ਨਹੀਂ, ਪ੍ਰਸ਼ਾਸਨ ਨੇ ਦੱਸਿਆ ਸਾਨੂੰ ਵੀ ਕੋਈ ਵੀ ਬੰਦਾ ਗ੍ਰਿਫਤ ਦੇ ਵਿੱਚ ਹੋਇਆ, ਕੋਈ ਬੰਦਾ ਹੋਇਆ ਨਹੀਂ, ਹਾਜ਼ਰ ਨਹੀਂ ਕੀਤਾ ਬੰਦਾ। ਹਾਂਜੀ, ਮਾਮਲਾ ਇਹ ਬੱਚੇ ਮਨੋਰਲਾ ਸਕੂਲ ਕੈਂਟ ਫਿਰੋਜ਼ਪੁਰ ਪੜ੍ਹਦੇ ਸੀਗੇ, ਇਹਨਾਂ ਦਾ ਆਪਸੀ ਕੋਈ ਰੰਜਿਸ਼ ਸੀਗੇ 24 ਤਰੀਕ ਨੂੰ ਲੜੇ ਉੱਥੇ, ਅਤੇ ਬੱਚੇ ਦੇ ਸੱਟਾਂ ਮਾਰੀਆਂ ਦੀ ਡੈਥ ਹੋ ਗਈ ਹੈ। ਵਜ੍ਹਾ ਇਹਨਾਂ ਦੀ, ਸਕੂਲ 'ਚ ਹੀ ਇਹਨਾਂ ਨਾਲ ਝਗੜਾ ਹੋਇਆ ਸੀ। ਨਹੀਂ, ਪੁਰਾਣਾ ਝਗੜਾ ਨਹੀਂ ਦੱਸਿਆ ਇਹਨਾਂ, ਕਹਿੰਦੇ ਸਕੂਲ 'ਚ ਬੁੱਲੇ ਬੱਲੇ ਸੀ, ਇਕੱਠੇ ਹੋਏ ਸੀ ਦੋਸਤ, ਅਤੇ ਉਹਨਾਂ ਹਮਲਾ ਕਰਤਾ ਇਹਦੇ ਨਾਲ ਦਿਆਂ ਨੇ, ਉਹਨਾਂ 'ਤੇ FIR ਦਰਜ ਕਰਤੀ ਆ, ਉਹ ਵੀ ਬੱਚੇ ਅਤੇ ਵੀ ਬੱਚਾ।
ਤਲਵਾਰਾਂ ਨੂੰ ਕਾਪੇ ਨਾਲ। ਨਹੀਂ ਅਜੇ ਸਾਡੀਆਂ ਟੀਮਾਂ ਗਈਆਂ ਹੋਈਆਂ ਤੇ ਅਸੀਂ ਫੜ ਲੈਣੇ ਸਾਰੇ। ਦੋ ਬਾਈ ਨੇਮ ਬੱਚੇ ਤੇ ਚਾਰ ਅਣਪਛਾਤੇ ਆ ਤੇ ਉਹ ਬਾਈ ਨੇਮ ਜਿਹੜੇ ਉਹ ਘਰੋਂ ਭੱਜ ਗਏ, ਸਾਰੇ ਪਰਿਵਾਰ ਵੀ ਪਾਸੇ ਹੋ ਗਏ ਆ ਤੇ ਇਹਨਾਂ ਨੂੰ ਜਲਦੀ ਰੈਟ ਕਰ ਲਾਂਗੇ। ਹਾਂਜੀ ਕਈ ਵੀਰ ਨੇ ਆ ਜਿਹੜੇ ਨਾਲ ਸਾਡੇ ਹੈਗੇ ਕਹਿਣਾ ਵੀ ਇੱਥੇ ਮੁੰਡਾ ਵਿਚਾਰਾ ਖਲੋਤਾ ਤੇ ਦੂਜੇ ਮੁੰਡੇ ਆਏ ਮਿੰਟ ਚ ਗੱਲ ਪੈ ਗਏ ਨੇ। ਅਮਨੋਰ ਲਾਲ ਸਕੂਲ ਦੇ ਬੈਕ ਸਾਈਡ ਜੀ, ਹਾਂ ਠਾਣਾ ਜੀ, ਇੱਥੋਂ 200 ਮੀਟਰ ਤੇ ਆ ਨਾ। ਉਹ ਵੇਖੋ ਕਾਪਾ ਪਰਾ ਫੜ ਕੇ ਜਨਤਾ ਨੇ ਸੁੱਟਿਆ, ਜਨਤਾ ਨਾ ਆਦੀ ਤੇ ਉਹਨਾਂ ਨੇ ਹੋਰ ਵੱਡੀ ਜਾਣਾ ਸੀ, ਲੋਕਾਂ ਨੇ ਰੋਲਾ ਪਾਇਆ ਸੱਤ ਬੰਦੇ ਮਰਦੇ ਤੇ ਸਾਨੂੰ ਤਾਂ ਬਹੁਤ ਡਰ ਲੱਗ ਰਿਹਾ ਸੀ। ਫੌਜ ਪੁੱਜ ਤੁਹਾਡੇ ਸਾਹਮਣੇ ਆ, ਕਦੀ ਕਿਤੇ ਕਤਲ ਹੋ ਰਹੇ ਨੇ, ਕਦੀ ਕਿਤੇ ਹੋ ਰਹੇ ਨੇ, ਇਹ ਇੱਥੇ ਬਿਲਕੁਲ ਹੀ ਨੰਬਰ 1 ਤੇ ਆ ਗਿਆ ਜੀ ਆਸਿਆ ਜੀ। ਸਮੇਂ ਦੇ ਨਾਲ ਨਾਲ ਲੋਕ ਜਿਹੜਾ ਟੈਕਨੋਲੋਜੀ ਲਿਆਉਂਦੇ ਗਏ ਅਤੇ ਹੁਣ ਜਿਹੜਾ ਸੀਮਟ ਦੀਆਂ ਇੱਟਾਂ ਜਿਹਨਾਂ ਨਾਲ ਆਪਣੇ ਘਰਾਂ ਨੂੰ ਬਣਾਉਣ ਲੱਗੇ। ਲੇਕਿਨ ਰਸੂਲਪੁਰ ਵਿੱਚ ਇੱਕ ਨਵੀਂ ਫੈਕਟਰੀ ਓਪਨ ਕੀਤੀ ਗਈ ਹੈ ਇੱਕ NRI ਵੀਰ ਵੱਲੋਂ। ਉਹਨਾਂ ਨੇ ਜਿਹੜਾ ਆ ਦੁਬਈ ਜਾਂ ਸਾਊਦੀ ਅਰਬ ਜਿਹੜੇ ਆ ਇਹ ਬ੍ਰਿਕਸ ਨਾਲ ਘਰ ਬਣਦੇ ਆ, ਉੱਥੇ ਬਿਲਡਿੰਗ ਬਣਾਈ ਜਾਂਦੀ ਆ, ਉਸੇ ਟੈਕਨੀਕ ਨੂੰ ਨਵਾਂ ਸ਼ਹਿਰ ਦੇ ਰਸੂਲਪੁਰ ਪਿੰਡ ਵਿੱਚ ਉਸ ਟੈਕਨੀਕ ਨੂੰ ਲਿਆਂਦਾ ਗਿਆ ਅਤੇ ਬ੍ਰਿਕਸ ਜਿਹੜੇ ਆ ਇੱਥੇ ਬਲੌਕ ਬਣਾਏ ਜਾਂਦੇ ਆ ਜਿਹੜੇ ਕਿ ਅੱਜ ਦੀ ਟੈਕਨੋਲੋਜੀ ਅੱਜ ਦੇ ਵਾਤਾਵਰਣ ਦੇ ਅਨੁਕੂਲ ਜਿਹੜੇ ਆ ਬ੍ਰਿਕਸ ਇੱਥੇ ਬਲੌਕ ਤਿਆਰ ਕੀਤੇ ਜਾਂਦੇ ਆ। ਆ ਜਿਹੜੇ ਕੋਲ ਆਪਾਂ ਖੜੇ ਆ ਇਹਨੂੰ ਅਸੀਂ ਕਹਿੰਦੇ ਆ ਜੀ 6 ਇੰਚੀ ਬਲੌਕ। ਅੱਛਾ ਜੀ। ਤੇ ਇਹਦੀ 9 ਇੰਚ ਲੰਬਾਈ ਇੱਧਰ ਨੂੰ ਜੀ ਤੇ 6 ਇੰਚ ਇਹਦੀ ਇੱਧਰ ਨੂੰ ਚੜਾਈ ਆ ਤੇ 6 ਇੰਚ ਉਚਾਈ ਆਪਾਂ ਨੂੰ ਲਗਭਗ 3.5 ਇੰਟਾਂ 4 ਇੰਟਾਂ ਕਵਰ ਕਰ ਜਾਂਦਾ ਇੱਕ ਬਲੌਕ। ਅੱਛਾ ਜੀ। ਹਾਂਜੀ। ਤੇ ਦੂਜੀ ਇਹਦਾ ਬੈਨੀਫਿਟ ਇਹ ਆ ਕਿ ਜਿਵੇਂ ਕਿ ਹੁਣ ਅੱਜ ਕੱਲ੍ਹ ਆਪਾਂ ਘਰ ਬਣਾ ਰਹੇ ਹਾਂ ਸਲਾਬੀ ਦੀ ਦਿੱਕਤ ਬਹੁਤ ਆ ਰਹੀ ਆ
ਸ਼ੋਰੇਜ ਦੀ ਪ੍ਰੋਬਲਮ ਆ ਰਹੀ ਆ, ਆਪਾਂ ਜਿੰਨੇ ਮਰਜ਼ੀ ਪੈਸੇ ਲਾਉਣੇ ਆ 2 ਸਾਲ ਬਾਅਦ ਪ੍ਰੋਬਲਮ ਆਉਣੀ ਸ਼ੁਰੂ ਹੋ ਜਾਂਦੀ ਹੈ। ਇਹਨਾਂ ਦੇ ਨਾਲ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਆਊਗੀ, ਚਾਹੇ ਆਪਾਂ ਬ੍ਰਿਕਸ ਯੂਜ ਕਰਦੇ ਹਾਂ ਚਾਹੇ ਬਲੌਕ ਯੂਜ ਕਰਦੇ ਹਾਂ, ਇਹ 'ਚ ਕੋਈ ਇੱਦਾਂ ਦੀ ਦਿੱਕਤ ਨਹੀਂ ਹੈਗੀ। ਅਤੇ ਦੂਸਰਾ ਇਹ ਹੈ ਕਿ ਆਪਣਾ ਇਹ 'ਚ ਮਟੀਰੀਅਲ ਸੇਵ ਹੋਊਗਾ, ਜਿਵੇਂ ਪੈਸਾ ਸੇਵ ਹੋਊਗਾ, ਮਟੀਰੀਅਲ ਸੇਵ, ਜਿੱਦਾਂ ਰੇਤਾ ਯੂਜ ਕਰਦੇ ਹਾਂ ਆਪਾਂ ਜਾਂ ਸੀਮਿੰਟ ਯੂਜ ਕਰਦੇ ਹਾਂ, ਅਤੇ ਉਹ ਸਾਰਾ ਆਪਣਾ ਸੇਵ ਹੋਊਗਾ।